ਤੁਸੀਂ ਦੇਖ ਰਹੇ ਹੋ ਟੀਮ ਪੰਜਾਬੀ। ਟੀਮ ਪੰਜਾਬੀ ਦੀ ਪੂਰੀ ਟੀਮ ਅੱਜ ਪਹੁੰਚੀ ਹੋਈ ਹੈ ਪਿੰਡ ਸੋਲ ਜਗੀਰ, ਜ਼ਿਲ੍ਹਾ ਜਲੰਧਰ ਦੇ ਵਿੱਚ। ਸੋ ਪਿੰਡ ਦੇ ਵਿੱਚ ਅੱਜ ਛਿੰਝ ਮੇਲਾ ਹੋਇਆ, ਬਹੁਤ ਜ਼ਬਰਦਸਤ ਛਿੰਝ ਮੇਲਾ ਹੋਇਆ। ਬੜੇ ਜ਼ਬਰਦਸਤ ਰੈਸਲਰ ਇਸ ਛਿੰਝ ਮੇਲੇ ਦੇ ਪਹੁੰਚੇ ਆ। ਜੋ ਦੂਸਰੇ ਨੰਬਰ ਦੀ ਝੰਡੀ ਦੇ ਅੱਜ ਮੱਲ ਜਿੱਤੇ ਨੇ, ਮੇਰੇ ਨਾਲ ਨੇ ਤਰਨਵੀਰ ਪੰਡੋਰੀ। ਪੰਡੋਰੀ ਪਿੰਡ ਜਿਹੜਾ ਪਹਿਲਾਂ ਕਬੱਡੀ ਪਲੇਅਰਾਂ ਨੇ ਮਸ਼ਹੂਰ ਕੀਤਾ, ਇਹਨਾਂ ਦੇ ਫਾਦਰ ਸਾਹਿਬ ਨੇ ਬਹੁਤ ਜ਼ਬਰਦਸਤ ਪਿੰਦਰ ਪੰਡੋਰੀ ਨੇ ਕਬੱਡੀ ਖੇਡੀ। ਸੋ ਉਹਨਾਂ ਨੇ ਮੱਲ ਬੜਾ ਵੱਡਾ ਤਿਆਰ ਕੀਤਾ। ਸੋ ਅੱਜ ਇਹਨਾਂ ਨੂੰ ਦਿੰਦੇ ਹਾਂ ਵਧਾਈਆਂ ਔਰ ਇਹਨਾਂ ਦੀ ਇੰਟਰਵਿਊ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਗੱਲਾਂ ਬਾਤਾਂ। ਤਰਨਵੀਰ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਸਵਾਗਤ ਹੈ ਟੀਮ ਪੰਜਾਬੀ। ਪਹਿਲਾਂ ਹੀ ਸਾਰੇ ਟੀਮ ਪੰਜਾਬੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ ਪਰਵਾਨ ਜੀ। ਅੱਜ ਰੈਸਲਿੰਗ, ਤੁਸੀਂ ਜਿਹੜੀ ਦੂਸਰੇ ਨੰਬਰ ਦੀ ਪਟਕੇ ਦੀ ਜੁੱਤੀ ਆ ਤੁਸੀਂ ਅੱਜ ਕੁਸ਼ਤੀ, ਕਿਹੋ ਜਿਹਾ ਲੱਗ ਰਿਹਾ? ਕਿਉਂਕਿ PAP ਦਾ ਮੇਰਾ ਖਿਆਲ ਪਹਿਲਵਾਨ ਸੀਗਾ ਜਿਹੜਾ ਸੰਦੀਪ, ਉਹਨੂੰ ਚਿੱਤ ਕੀਤਾ ਤੁਸੀਂ ਲਾਸਟ, ਜਿਹੜਾ ਕਿ ਪੁਆਇੰਟ 'ਤੇ ਤੁਹਾਡਾ ਫੈਸਲਾ ਹੋਇਆ। ਪਹਿਲਾਂ ਤੁਸੀਂ 15 ਮਿੰਟ ਕੋਲ ਹੋ ਜਾਂ 20 ਮਿੰਟ? ਪਹਿਲਾਂ 15 ਮਿੰਟ ਬਰਾਬਰ ਹੋਈ, ਮੁੜ ਕੇ ਪੁਆਇੰਟ 'ਤੇ ਹੀ ਜਿੱਤਿਆ ਮੈਂ। ਹਾਂਜੀ, ਕਿਹੋ ਜਿਹਾ ਲੱਗਦਾ ਜਦੋਂ ਪਿੰਡ ਦੇ ਬਿਲਕੁਲ ਲਾਗੇ ਛਿੰਝ ਮੇਲਾ ਹੋਵੇ ਤਾਂ ਕਿਤੇ ਨਾ ਕਿਤੇ ਪ੍ਰੈਸ਼ਰ ਰਹਿੰਦਾ ਕਿ ਵਧੀਆ ਰੈਸਲਿੰਗ ਦਿਖਾਈਏ ਦਰਸ਼ਕਾਂ ਨੂੰ? ਹਾਂਜੀ, ਪ੍ਰੈਸ਼ਰ ਤਾਂ ਜ਼ਰੂਰ ਹੁੰਦਾ ਹੈ ਜੀ, ਕਿਉਂਕਿ ਜਿਹੜੇ ਲੋਕ ਦਰਸ਼ਕ ਹੁੰਦੇ ਆ ਉਹਨਾਂ ਨੇ ਤਾਂ ਆਪਣੇ 'ਤੇ ਪੂਰੀਆਂ ਆਸਾਂ ਹੁੰਦੀਆਂ ਵੀ ਆਪਣੇ ਸਾਡੇ ਏਰੀਆ ਦਾ ਮਾਲ ਹੈ, ਉਹਨਾਂ ਨੂੰ ਪ੍ਰਾਊਡ ਹੁੰਦਾ, ਤਾਂ ਕਰਕੇ ਥੋੜ੍ਹਾ ਜਿਹਾ ਪ੍ਰੈਸ਼ਰ ਤਾਂ ਜ਼ਰੂਰ ਹੁੰਦਾ ਜੀ। ਅੱਛਾ, ਕਿਵੇਂ ਲੱਗਦਾ ਕਬੱਡੀ ਕਿਉਂ ਨਹੀਂ ਖੇਡਣੀ ਸ਼ੁਰੂ ਕੀਤੀ, ਰੈਸਲਿੰਗ ਹੀ ਕਿਉਂ? ਕਿਉਂਕਿ ਤੁਹਾਡੇ ਫਾਦਰ ਸਾਹਿਬ ਇੰਟਰਨੈਸ਼ਨਲ ਪਲੇਅਰ ਰਹੇ ਨੇ, ਸਟੋਪਰ ਰਹੇ ਨੇ ਮਾਂ ਖੇਡ ਕਬੱਡੀ ਦੇ, ਕਬੱਡੀ ਕਿਉਂ ਨਹੀਂ ਸ਼ੁਰੂ ਕੀਤੀ, ਰੈਸਲਿੰਗ ਕਿਉਂ? ਇਹ ਮੇਰੇ ਫਾਦਰ ਸਾਹਿਬ ਦੀ ਸੋਚ ਹੈ ਅਤੇ ਇੱਕ ਮੰਗੀ ਉਸਤਾਦ ਬੱਗੇ ਪਿੰਡ ਤੋਂ, ਉਹਨਾਂ ਇਹਨਾਂ ਦੋਵਾਂ ਨੇ ਜਿੱਦਾਂ ਮੈਨੂੰ ਰੈਸਲਿੰਗ 'ਚ ਪਾਇਆ ਅਤੇ ਇਹਨਾਂ ਦੀ ਮੈਨੂੰ ਵੀ ਵਧੀਆ ਲੱਗਦੀ ਸੀ ਰੈਸਲਿੰਗ, ਤਾਂ ਕਰਕੇ। ਅੱਛਾ, ਕਿੰਨਾ ਚਿਰ ਹੋ ਗਿਆ ਤੁਹਾਨੂੰ ਹੁਣ ਰੈਸਲਿੰਗ ਕਰਦਿਆਂ ਨੂੰ? ਮੈਂ 2017 ਸਟਾਰਟ ਕੀਤੀ ਸੀਗੀ ਜੀ ਪ੍ਰੋਫੈਸ਼ਨਲੀ। ਪਹਿਲਾਂ ਮੈਂ ਉੱਦਾਂ ਕਰਦਾ ਸੀ ਜਿੱਦਾਂ ਆਪਦੀ ਮਿਹਨਤ ਮਾੜੀ ਮੋਟੀ, ਅਤੇ ਹੁਣ 2017 ਤੋਂ ਪ੍ਰੋਫੈਸ਼ਨਲੀ ਸਟਾਰਟ ਕੀਤੀ ਜੀ। ਅੱਛਾ, ਤਰਨਵੀਰ, ਤੁਸੀਂ ਜਿਹੜੀ ਰੈਸਲਿੰਗ, ਤੁਹਾਡੇ ਉਸਤਾਦ ਵੀ ਨੇ ਕੋਈ ਕੋਸੇਵਾਨ? ਬੇਸਿਕਲੀ ਰੈਸਲਿੰਗ ਦੇ ਵਿੱਚ ਤੁਹਾਨੂੰ ਉਸਤਾਦ ਧਾਰਨਾ ਪੈਂਦਾ, ਕਿਹੜੇ ਅਖਾੜੇ ਵੱਲੋਂ ਤੁਸੀਂ ਰੈਸਲਿੰਗ ਲੜਦੇ ਹੋ, ਕਿਹੜੇ ਅਖਾੜੇ 'ਚ ਪ੍ਰੈਕਟਿਸ ਕਰਦੇ ਹੋ, ਕੌਣ ਉਸਤਾਦ? ਮੈਂ ਜੀ ਜਲੰਧਰ ਕਰਦਾ ਜੀ, ਹੰਸਰਾ ਸਟੇਡੀਅਮ ਰਣਜੀਤ ਕੋਚ ਸਾਹਿਬ ਕੋਲ ਜੀ, ਅਤੇ ਦੇਵਾਨੰਦ ਕੋਚ ਸਾਹਿਬ, ਦੋਵੇਂ ਕੋਚ ਸਾਹਿਬ ਕਰਾਉਂਦੇ ਆ ਜੀ, ਅਤੇ ਇਹਨਾਂ ਕੋਲ ਹੀ ਕਰਦਾ, ਅਤੇ ਉੱਦਾਂ ਪਿੰਡ ਪਡੋਰੀ ਖਾਸ ਇੱਧਰੋਂ ਜਿੱਦਾਂ ਵੀ ਪਿੰਡ ਦਾ ਨਾਂ, ਤਾਂ ਕਰਕੇ ਨਾਲ ਪਡੋਰੀ ਲਿਖ ਦਿੰਦੇ ਜੀ। ਅੱਛਾ, ਪਿੰਡ ਵੀ ਤੁਹਾਡੇ ਅਖਾੜਾ ਹੈ, ਕੋਈ ਤੁਹਾਡਾ ਆਪਣਾ ਵੀ ਅਖਾੜਾ ਜਿੱਥੇ ਪ੍ਰੈਕਟਿਸ ਕਰਦੇ ਹੋ? ਹਾਂਜੀ, ਉੱਦਾਂ ਰੈਸਲਿੰਗ ਮੈਟ ਜਿੱਦਾਂ ਲਿਆ ਕੇ ਰੱਖਿਆ ਹੋਇਆ, ਜਿੱਦਾਂ ਪਿੰਡ ਦੇ ਜਿਹੜੇ ਲਾਗੇ ਦੇ ਮੁੰਡੇ ਜਿਹੜੇ ਨਹੀਂ ਜਾ ਸਕਦੇ ਰੋਜ਼ ਪ੍ਰੈਕਟਿਸ ਕਰਨ, ਉਹ ਫਿਰ ਜਿੱਦਾਂ ਮੁੰਡੇ ਆਪਦੀ ਪ੍ਰੈਕਟਿਸ ਕਰ ਲੈਂਦੇ ਹਨ ਜੀ। ਅੱਛਾ ਤਰਨਵੀਰ, ਤੁਸੀਂ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ? ਮੈਂ BA ਸੈਕੰਡ ਈਅਰ 'ਚ ਜੀ। ਬੋਡੀ ਵੇਟ ਕਿੰਨਾ ਤੁਹਾਡਾ? 120 ਕਿਲੋ ਆ ਜੀ ਮੇਰਾ ਬੋਡੀ ਵੇਟ। ਹਾਂਜੀ, ਤੁਸੀਂ ਬੋਡੀ ਵੇਟ ਦੇ ਵਿੱਚ ਲੜਦੇ ਹੋ ਜਦੋਂ ਇੰਟਰਵਰਸਿਟੀ ਲੜਦੇ ਹੋ ਜਾਂ ਸਕੂਲ ਜਾਂ ਕਾਲਜ ਦੇ ਵਿੱਚ ਲੜਦੇ ਹੋ ਬੋਡੀ ਵੇਟ 'ਚ? ਹਾਂਜੀ ਹਾਂਜੀ, ਸੁਪਰ ਹੈਵੀ ਵੇਟ 130 ਕਿਲੋ ਅਤੇ 125 ਕਿਲੋ, ਇਹਨਾਂ 'ਚ ਲੜਦਾ ਜੀ ਦੋਵਾਂ 'ਚ। ਇਸ ਸਾਲ ਕਿਹੜੇ ਕਿਹੜੇ ਜਗ੍ਹਾ 'ਤੇ ਤੁਸੀਂ ਮੈਡਲ ਲੈ ਕੇ ਆਏ ਹੋ? ਆਲ ਇੰਡੀਆ ਇੰਟਰਵਰਸਿਟੀ 'ਚੋਂ ਮੈਡਲ ਲਿਆ ਜੀ ਇਸ ਸਾਲ, ਅਤੇ ਹੁਣੇ 1 ਮਹੀਨਾ ਪਹਿਲਾਂ ਉੜੀਸਾ ਹੋਈਆਂ ਸੀ ਨੈਸ਼ਨਲ ਖੇਲੋ ਇੰਡੀਆ ਗੇਮਸ, ਅਤੇ ਉਹਨਾਂ ਵਿੱਚੋਂ ਬਰੋਂਜ ਮੈਡਲ ਲਿਆ ਜੀ। ਜਿਹੜੇ ਲੋਕਲ ਮੇਲੇ ਹੁੰਦੇ ਰਹਿੰਦੇ ਨੇ ਪੰਜਾਬ ਦੇ ਵਿੱਚ ਛਿੰਝਾਂ ਦੇ, ਤੁਸੀਂ ਜਾਂਦੇ ਰਹਿੰਦੇ ਹੋ ਜਿਵੇਂ ਅੱਜ ਛਿੰਝ ਤੁਸੀਂ ਲੜੇ ਹੋ ਮੇਲਾ? ਹਾਂਜੀ, ਜਾਈਦਾ ਜੀ, ਜਿਹੜਾ ਆਪਣਾ ਜਿੱਥੇ ਸੱਦਾ ਪੱਤਰ ਹੁੰਦਾ ਆਪਾਂ ਜ਼ਰੂਰ ਜਾਈਦਾ ਉੱਥੇ ਜੀ। ਹਾਂਜੀ, ਹੋਲੇ ਮਹੱਲੇ 'ਤੇ 7ਵਾਂ ਜਿਹੜਾ ਕਬੱਡੀ ਕੱਪ ਅਤੇ ਰੈਸਲਿੰਗ ਟੂਰਨਾਮੈਂਟ ਹੋਇਆ, ਉੱਥੇ ਗਏ ਸੀ ਤੁਸੀਂ? ਹਾਂਜੀ, ਉੱਥੇ ਗਿਆ ਸੀਗਾ ਜੀ, ਮੈਂ ਸੈਕਿੰਡ ਬਾਊਟ ਹਾਰ ਗਿਆ ਸੀ, 6-6 ਬਰਾਬਰ ਸੀ ਪੁਆਇੰਟ 'ਤੇ, ਉਹ ਹਾਰ ਗਿਆ ਸੀ। ਹਾਂਜੀ, 6-6 ਪੁਆਇੰਟ ਬਰਾਬਰ ਸੀ, ਪਰ ਮੇਰਾ ਖਿਆਲ ਜਿਨ੍ਹਾਂ ਦੇ ਪਹਿਲਾਂ 6 ਹੋ ਜਾਂਦੇ ਉਹਨਾਂ ਨੂੰ ਜੇਤੂ ਦਿੱਤਾ ਜਾਂਦਾ? ਲਾਸਟ 'ਤੇ 6 ਸੀ, ਉਹਦਾ 2 ਪੁਆਇੰਟ ਲਾਸਟ 'ਤੇ ਸੀ, ਤਾਂ ਕਰਕੇ ਉਹਨਾਂ ਨੂੰ ਜੇਤੂ ਦਿੱਤਾ ਜੀ। ਰੈਸਲਿੰਗ ਦੇ ਵਿੱਚ ਹਮੇਸ਼ਾ ਸਾਲ ਬਾਈ ਸਾਲ ਕੋਈ ਨਾ ਕੋਈ ਰੂਲ ਚੇਂਜ ਹੁੰਦੇ ਰਹਿੰਦੇ ਆ, ਅਤੇ ਜਦੋਂ ਕੋਈ ਰੂਲ ਚੇਂਜ ਹੁੰਦਾ ਤੁਸੀਂ ਫਿਰ ਆਪਣੇ ਆਪ ਨੂੰ ਕਿਵੇਂ ਸੈੱਟ ਕਰਦੇ ਹੋ ਉਸ ਰੂਲ ਲਈ? ਜਿਹੜੀ ਰੈਸਲਿੰਗ ਫੈਡਰੇਸ਼ਨ ਯੂਨਾਈਟਡ ਵਰਲਡ ਰੈਸਲਿੰਗ ਆ, ਉਹ ਰੂਲ ਤਾਂ ਚੇਂਜ ਕਰਦੀ ਆ ਵੀ ਆਪਣੀ ਗੇਮ ਹੋਰ ਫਾਸਟ ਹੋਵੇ, ਲੋਕ ਪਸੰਦ ਕਰਨ, ਤਾਂ ਕਰਕੇ ਫਿਰ ਉਸ ਹਿਸਾਬ ਨਾਲ ਕੋਚ ਸਾਹਿਬ ਟ੍ਰੇਨਿੰਗ ਕਰਾ ਦਿੰਦੇ ਆ ਜੀ, ਅਤੇ ਉਸ ਹਿਸਾਬ ਨਾਲ ਵੀ ਹੋ ਜਾਂਦਾ ਆ ਜਾਂਦੀ ਸੈਟਿੰਗ ਜੀ। ਕਬੱਡੀ ਵੀ ਖੇਡ ਲੈਂਦੇ ਹੋ ਜਾਂ ਕਿਤੇ ਕਿਤੇ ਦਿਲ ਕਰਦਾ ਕਬੱਡੀ ਖੇਡਣ ਨੂੰ? ਕਿਤੇ ਕਿਤੇ ਖੇਡ ਲਈ ਜੀ, ਕੋਈ ਮੰਗੀਸਤਾਨ ਦੀ ਟੀਮ U21 ਕੋਦਰ ਲਈ ਉੱਧਰੋਂ ਕਿਤੇ ਕਿਤੇ ਖੇਡ ਲਈ ਦੀ, ਉਦੋਂ ਬਾਹਲੀ ਨਹੀਂ, ਜਦੋਂ ਕਿਤੇ 1-2 ਵਾਰੀ ਮਹੀਨੇ 'ਚ ਖੇਡ ਲਈ ਜੀ। ਗੋਲ ਕੀ ਆ ਤੁਹਾਡੇ, ਫਿਊਚਰ ਕੀ ਸੋਚਦੇ ਹੋ ਰੈਸਲਿੰਗ ਦਾ, ਤੋ ਕੀ ਕਰਨਾ ਚਾਹੁੰਦੇ ਹੋ ਅੱਗੇ? ਪਹਿਲਾਂ ਤਾਂ ਜੀ ਨੈਸ਼ਨਲ ਗੇਮਾਂ 'ਚੋਂ ਮੈਡਲ, ਸੀਨੀਅਰ ਨੈਸ਼ਨਲ 'ਚੋਂ ਮੈਡਲ ਕੱਢੂੰਗਾ ਜੀ, ਅਤੇ ਬਾਕੀ ਜਿੱਥੇ ਪਰਮਾਤਮਾ ਜੀ ਇੱਥੇ ਖੁਸ਼ੀ ਹੋਈ ਉੱਥੇ ਜੀ। ਅੱਛਾ, ਉਮਰ ਕਿੰਨੀ ਆ ਤੁਹਾਡੀ ਤਰਨਵੀਰ ਜੀ? 20 ਸਾਲ ਹੈ ਜੀ, 99 ਦਾ ਬਰਥ ਹੈ ਜੀ ਮੇਰਾ। ਅੱਜ ਰੈਸਲਿੰਗ ਤੁਸੀਂ ਜਿੱਤੀ ਆ, ਏਰੀਆ ਦੇ ਵਿੱਚ ਤੁਹਾਡੀ ਰੈਸਲਿੰਗ ਛਿੰਝ ਸੀਗੀ, ਕਿਹੋ ਜਿਹਾ ਲੱਗਦਾ ਹੁਣ ਇੱਥੇ ਤੁਹਾਡੇ ਏਰੀਆ ਦੇ ਵਿੱਚ ਤੁਸੀਂ ਜਿੱਤਿਆ, ਮਾਣਤਾ ਮਹਿਸੂਸ ਓਬਵੀਅਸਲੀ ਹੁੰਦਾ ਹੀ ਆ, ਪਰ ਕਿਹੋ ਜਿਹਾ ਫੀਲ ਹੋ ਰਿਹਾ ਅੱਜ? ਹਾਂਜੀ, ਜਿੱਦਾਂ ਇਲਾਕੇ ਦੇ ਲੋਕ ਬਹੁਤ ਪਿਆਰ ਦਿੰਦੇ ਆ ਜੀ, ਅੱਜ ਮੈਨੂੰ ਬੁਲਟ ਨਾਲ ਵੀ ਮਾਣ ਸਨਮਾਨ ਦਿੱਤਾ, ਬਹੁਤ ਬਹੁਤ ਧੰਨਵਾਦ ਸੋਲਜੀਰ ਵਾਲਿਆਂ ਦਾ ਅਤੇ ਸੰਦੀਪ ਸਿੰਘ USA ਵੱਲੋਂ, ਅਤੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਾਡੇ ਲਈ ਤੁਸੀਂ ਗੱਲਬਾਤ ਟਾਈਮ ਕੱਢਿਆ। ਸੋ ਹਜੇ ਤੁਸੀਂ ਮੇਰੇ ਖਿਆਲ ਸ਼ਾਵਰ ਵੀ ਨਹੀਂ ਲਿਆ, ਸੋ ਬੈਸਟ ਵਿਸ਼ਿਜ਼ ਜਾਂ ਨੈਕਸਟ ਰੈਸਲਿੰਗ ਲਈ, ਔਰ ਇਸੇ ਤਰ੍ਹਾਂ ਜਿਹੜਾ
ਅਖਾੜੇ ਦਾ ਸ਼ਿੰਗਾਰ ਬਣਦੇ ਰਹੋ। ਬਹੁਤ ਵਧੀਆ, ਤੁਹਾਡੇ 'ਚ ਬੜੀ ਲੰਬੀ ਰੈਸਲਿੰਗ ਦਿਸ ਰਹੀ ਆ, ਬਹੁਤ ਵਧੀਆ, ਤੁਸੀਂ ਘੁਲਦੇ ਹੋ, ਸਾਡੀਆਂ ਬੈਸਟ ਵਿਸ਼ੇਸ ਆ ਤੁਹਾਡੇ ਨਾਲ। ਹਾਂਜੀ, ਥੈਂਕ ਯੂ ਜੀ, ਬਹੁਤ ਟੀਮ ਪੰਜਾਬੀ ਦਾ ਅਤੇ ਤੁਹਾਡਾ ਭਾਅ ਜੀ ਬਹੁਤ ਬਹੁਤ ਧੰਨਵਾਦ, ਅਤੇ ਸਾਰੇ ਕੈਮਰਾਮੈਨ, ਸਾਰੀ ਟੀਮ ਦਾ ਬਹੁਤ ਬਹੁਤ ਧੰਨ, ਥੈਂਕ ਯੂ, ਧੰਨਵਾਦ। ਥੈਂਕ ਯੂ ਸੋ ਮਚ ਤਰਨਵੀਰ, ਥੈਂਕ ਯੂ ਸੋ ਮਚ ਜੀ। ਇਹ ਸਨ ਜੀ ਤਰਨਵੀਰ ਪੰਡੋਰੀ। ਸੋ ਇਹਨਾਂ ਦੇ ਫਾਦਰ ਸਾਹਿਬ ਬਹੁਤ ਜ਼ਬਰਦਸਤ ਇੰਟਰਨੈਸ਼ਨਲ ਕਬੱਡੀ ਪਲੇਅਰ ਪਿੰਦਰ ਪੰਡੋਰੀ ਸਾਹਿਬ ਰਹੇ ਨੇ, ਉਹਨਾਂ ਦੇ ਸਾਹਿਬਜ਼ਾਦੇ ਨੇ, ਬਹੁਤ ਵਧੀਆ ਅੱਜ ਰੈਸਲਿੰਗ ਇਹਨਾਂ ਨੇ ਜਿੱਤੀ ਆ ਏਰੀਆ ਦੇ ਵਿੱਚ, ਜੋ ਪਿੰਡ ਸੋਹਲ ਜਗੀਰ ਦੇ ਵਿੱਚ ਰੈਸਲਿੰਗ ਛਿੰਜ ਹੋਈ ਆ। ਸੋ ਅੱਜ ਉਹਦਾ ਆਖਰੀ ਪੜਾਵਾਂ 'ਤੇ ਆ, ਜਿਹੜਾ ਫਾਈਨਲ ਮੈਚ ਹੋਣਾ ਸੀਗਾ ਇੱਥੇ, ਉਹ ਕਿਸੇ ਕਾਰਨ ਭਲਵਾਨ ਜੀ ਦੇ ਸੱਟ ਲੱਗ ਗਈ ਬੈਕ 'ਤੇ, ਸੋ ਇਸ ਕਰਕੇ ਉਹ ਫਾਈਨਲ ਰੈਸਲਿੰਗ ਹੋਈ ਨਹੀਂ। ਅਤੇ ਆਓ ਜੁੜਦੇ ਹਾਂ ਹੁਣ ਗਰਾਊਂਡ ਦੇ ਨਾਲ, ਤਦ ਤੱਕ ਲਈ ਇਜਾਜ਼ਤ, ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।